ਗੁੱਡ ਮਾਰਨਿੰਗ ਜੀ ਸਵੇਰ-ਸਵੇਰ ਦਾ ਟਾਈਮ ਆ ਜੋ ਕਿ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਅਪਡੇਟ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜੋ ITT ਦੀ ਪੋਸਟਾਂ ਸੀਗੀਆਂ 23 64 ITT ਦੀ ਪੋਸਟਾਂ ਸੀ ਜਿੰਨਾਂ ਵੱਲੋਂ ਸਰਕਾਰ ਵੱਲੋਂ ਜੋ 29 ਤਰੀਕ 11 2020 ਨੂੰ ਜੋ ਲਿਖਤੀ ਪੇਪਰ ਰਿਟਨ ਦੇ ਵਿੱਚ ਲਿਆ ਜਾ ਰਿਹਾ ਸੀ ਉਸ ਦਾ ਜੋ ਰੋਲ ਨੰਬਰ ਨੇ ਰਾਤ ਜਾਰੀ ਕਰ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋਗੇ ਤੁਸੀਂ ਇਸ ਨਿਊਜ਼ ਨੂੰ ਵੀ ਪੜ੍ਹ ਸਕਦੇ ਹੋਗੇ ਕਿ ਜੋ 29 11 2020 ਨੂੰ ਪੇਪਰ ਲਿਆ ਜਾ ਰਿਹਾ ਸੀ ਉਸ ਸੰਬੰਧੀ ਜੋ ਰੋਲ ਨੰਬਰ ਨੇ ਉਹ ਅਪਲਾਈ ਕਰ ਦਿੱਤੇ ਗਏ ਨੇ ਉਮੀਦਵਾਰਾਂ ਵੱਲੋਂ ਰੋਲ ਨੰਬਰ ਰਜਿਸਟ੍ਰੇਸ਼ਨ ਕਰਨ ਲਈ ਸਮੇਂ ਬਣਾਏ ਗਏ ਅਕਾਊਂਟ ਵਿੱਚੋਂ ਡਾਊਨਲੋਡ ਤੁਸੀਂ ਪ੍ਰਿੰਟ ਨੂੰ ਕਢਵਾ ਸਕਦੇ ਹੋਗੇ। ਜਾਰੀ ਕੀਤੀ ਗਈ ਰੋਲ ਨੰਬਰ ਸਲਿੱਪ ਵਿੱਚ ਪੇਪਰ ਦਾ ਸਮਾਂ ਤੇ ਸਥਾਨ ਵੀ ਤੁਹਾਨੂੰ ਦੱਸਿਆ ਗਿਆ ਹੈਗਾ। ਕਿਉਂਕਿ ਰੋਲ ਨੰਬਰ ਸਲਿੱਪ ਦੇ ਵਿੱਚ ਹੀ ਸਥਾਨ ਵੀ ਜਿਹੜਾ ਤੁਹਾਡਾ ਸਾਈਟ ਹੋਊਗੀ ਤੁਹਾਡਾ ਜਿਹੜਾ ਸੈਂਟਰ ਹੋਊਗਾ ਹਨਾ ਉਹ ਵੀ ਤੁਹਾਨੂੰ ਦੱਸਿਆ ਗਿਆ ਹੋਊਗਾ। ਉਮੀਦਵਾਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਰੋਲ ਨੰਬਰ ਵਾਲੀ ਜਿਹੜੀ ਸਲਿੱਪ ਹੈ ਪੇਪਰ ਵਾਲੇ ਦਿਨ ਉਹ ਨਾਲ ਲੈ ਕੇ ਆਉਣ। ਤੁਸੀਂ ਦੇਖ ਸਕਦੇ ਹੋ ਕਿ ਰਾਤ ਹੀ ETT ਵਾਲਿਆਂ ਦੇ ਜਿਹੜੇ ਰੋਲ ਨੰਬਰ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਬਹੁਤ ਵੱਡੀ ਗੁੱਡ ਨਿਊਜ਼ ਹੈ ਤੁਹਾਡੇ ਵਾਸਤੇ ਵੈਸਟ ਆਫ ਲੱਕ ਜੋ ਅੱਜ ਦੇਖ ਸਕਦੇ ਆਪਾਂ 23 ਤਰੀਕ ਹੋਗੀ ਤੁਹਾਡਾ ਪੇਪਰ 29 ਤਰੀਕ ਦਾ ਵੈਸਟ ਵਿਸ਼ੇ ਸਭ ਨੂੰ ਗੁੱਡ ਮਾਰਨਿੰਗ ਸਵੇਰ ਸਵੇਰ ਦੇ ਟਾਈਮ ਤੇ ਉਮੀਦ ਹੈ ਕਿ ਹਰ ਇੱਕ ਬੱਚੇ ਦਾ ਜੋ ਪੇਪਰ ਹੋ ਕਲੀਅਰ ਹੋਵੇ ਸਾਡੇ ਵੱਲੋਂ ਸਾਡੇ ਚੈਨਲ ਉੱਪਰ ਤੁਹਾਡਾ ਸਵਾਗਤ ਹੈ ਸੋ ਥੈਂਕ ਯੂ ਆਪਣੀ ਤਿਆਰੀ ਨੂੰ ਹੋਰ ਵੀ ਜ਼ਿਆਦਾ ਬਰਕਰਾਰ ਕਰੋ ਸੋ ਥੈਂਕ ਯੂ ਟੇਕ ਕੇਅਰ